ਯਾਰ ਮੈਂ ਇੱਧਰ ਹੋ ਗਿਆ ਇੱਧਰ ਮਾਰ ਕਿੱਲ ਵਗਾ ਆਵੇ ਕੋ ਕਿੱਲ ਚਲ ਤੋ ਫਿਰ ਚੱਲੀਏ ਜਾ ਕੇ ਸੇਵਾ ਕਰੀਏ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਅੱਜ ਆਪਾਂ ਚੱਲੇ ਫਿਰ ਹੀ ਚਰਚ ਮੀਟਿੰਗ 'ਤੇ ਅਤੇ ਮਸਲ ਕੱਢ ਲਿਆ ਤਿਆਰ ਵਿੱਚ ਬਾਈਬਲਾਂ ਪਾਈਆਂ ਆ ਗਿਆ ਮਾਈਕਲ ਵੀ ਸੈਮੂਅਲ ਮਸੀਹ ਵੀ ਨਾਲ ਹੀ ਚੱਲ ਪਏ ਜੀ ਠੰਡ ਬਹੁਤ ਜ਼ਿਆਦੀ ਨਹੀਂ ਆ ਲੜ ਗਈ ਇਹਨਾਂ ਦੀ ਬਾੜੀ ਸਾਹਮਣੇ ਲੋਈ ਦਿੱਤੀ ਆਪ ਲੋਈ ਲੜੀ ਬਹੁਤੀ ਐਡਮ ਬਈ ਓਮ ਹੋ ਗਈ ਉੱਤੇ ਚੰਗੀ ਤਰ੍ਹਾਂ ਲੈ ਦੁਸਤਾਨੇ ਨਾ ਦੇ ਦੁਸਤਾਨੇ ਨਾ ਦੇ ਨਹੀਂ ਦੇ 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 ਭਰਾ ਦੁਸਤਾਨੇ ਮੋਏ ਮੋਏ ਹੋ ਗਈ ਲਿਟਲ ਫਲਾਵਰ ਸਕੂਲ ਲਾਗੇ ਪਹੁੰਚ ਗਏ ਆ ਚੱਲੇ ਆ ਬਸ ਚੱਲੇ ਆ ਠੰਡ ਬਹੁਤ ਹੀ ਜ਼ਿਆਦਾ ਹੈ ਛੇ ਟੈਂਪਰੇਚਰ ਗੁਰਦਾਸਪੁਰ ਦਾ ਧੁੱਪਾਂ ਕਦੋਂ ਲੱਗਣੀਆਂ ਤੁਹਾਨੂੰ ਇਹ ਵੀ ਨੌਲੇਜ ਦੇ ਦਿੰਦੇ ਹਾਂ ਧੁੱਪ ਲੱਗਣੀ ਨਹੀਂ ਜੇ ਗੁਰਦਾਸਪੁਰ ਦਾ ਚਲੋ ਜਾਣ ਦੋ ਗੇ ਗੁਰਦਾਸਪੁਰ ਬ੍ਰਾਂਚ ਟਾਇਰ ਪੈਂਚਰ ਹੋ ਗਿਆ ਇੱਧਰ ਮਾਰ ਕਿੱਲ ਵਗਾ ਵੇਖੋ ਕਿੱਲ ਕਿੱਲ ਗੁੱਬ ਗਿਆ ਚਲੋ ਚਲੀਏ ਪਹਿਲਾਂ ਪੈਂਚਰ ਲਵਾ ਲਿਆ ਹੁਣ ਹੁਣ ਆਪਾਂ ਤਿੰਨੇ ਜਾਣੇ ਇੱਧਰ ਬਹਿ ਗਏ ਤੋਲ ਭਾਈ ਇਕੱਲੇ ਉਹ ਜਾਣ ਡੇ ਖਲੋ ਕੇ ਖਲੋ ਕੇ ਜਾਣ ਡੇ ਲੋ ਭਾਈ ਗਾਇਸ ਪਹੁੰਚ ਗਏ ਪੈਂਚਰ ਵਾਲੀ ਦੁਕਾਨ ਤੇ ਠੰਡ ਫੇਰ ਹੀ ਬੜੀ ਲੱਗਣ ਡੀ ਜੇ ਪੈਂਚਰ ਲਵਾਉਣ ਗਏ ਹੁਣ ਮੋਟਰਸਾਈਕਲ ਦਾ ਇਹ ਅੱਗ ਹੀ ਭਾਲਣ ਡੇ ਹੁਣ ਉਹਨੂੰ ਲਾਉਣਾ ਪੈਂਦਾ ਪੈਂਚਰ ਫਿਰ ਟਾਇਰ ਚੱਲੇ ਆਪਾਂ
ਚਰਚ ਨੂੰ ਆ ਜਾਓ ਆ ਜਾਓ ਛੇਤੀ ਆ ਜਾਓ ਲੋ ਬਈ ਗਾਈਸ ਇੱਥੋਂ ਸਟਾਰਟ ਹੋ ਗਿਆ ਚਲ ਚਲੋ ਫਿਰ ਚੱਲੀਏ ਜਾ ਕੇ ਸੇਵਾ ਕਰੀਏ ਪਹੁੰਚ ਗਏ ਜੀ ਆਪਾਂ ਲੋ ਬਈ ਪਹੁੰਚ ਚੁੱਕੇ ਆਪਾਂ ਇਹ ਸਾਈਡ ਤੇ ਹੁਣ ਮੋਟਰਸਾਈਕਲ 25 ਜਨਵਰੀ 2024 ਅੱਗ ਬਾਲੀ ਹੋਣੀ ਫਿਰ ਸਾਨੂੰ ਕਿ ਨਹੀਂ ਓ ਬਾਲੀ ਬਈ ਸਭ ਪਹੁੰਚ ਚੁੱਕੇ ਹਾਂ ਠੰਡ ਬੜੀ ਲੱਗਣ ਡੀ ਇਨਸਾਨੀਅਤ ਨਵੀ ਦਾ ਲਿਬਾਸ ਮੈਂ ਤਾਂ ਪਾਲਿਆ ਉਤਾਂ ਦੀਆਂ ਗੱਲਾਂ ਤੇ ਚਿੱਤ ਮੈਂ ਤਾਂ ਲਾ ਲਿਆ ਇਨਸਾਨੀਅਤ ਨਵੀ ਦਾ ਲਿਬਾਸ ਮੈਂ ਤਾਂ ਪਾਲਿਆ ਉਤਾਂ ਦੀਆਂ ਗੱਲਾਂ ਤੇ ਚਿੱਤ ਮੈਂ ਤਾਂ ਲਾ ਲਿਆ ਪੱਕਾ ਮੇਰਾ ਹੈ ਤੇਰੇ ਤੇ ਇਮਾਨ ਯਸੂ ਜੀ ਪੱਕਾ ਮੈਨੂੰ ਵੀ ਸਿਖਾ ਬਾਬਿਓ ਕਬਾ ਵਾਲੇ ਯਸੂ ਮੈਨੂੰ ਲਾ ਦਿਓ ਜਿਹੜਾ ਤੂੰ ਪਾਣਾ ਉੱਤੇ ਮੈਨੂੰ ਵੀ ਸਿਖਾ ਦਿਓ ਬਾਬਿਓ ਕਬਾ ਵਾਲੇ ਯਸੂ ਮੈਨੂੰ ਲਾ ਦਿਓ ਮੈਂ ਤਾਂ ਆਪਣਾ ਚ ਭਰਨੀ ਉਡਾਨ ਯਸੂ ਜੀ ਮੈਂ ਤਾਂ ਆਪਣਾ ਚ ਭਰਨੀ ਉਡਾਨ ਯਸੂ ਜੀ ਉੱਚਾ ਉੱਡਣਾ ਓ ਕਬ ਦੀ ਪਛਾਣ ਯਸੂ ਜੀ ਉੱਚਾ ਉੱਡਣਾ ਉੱਡਣਾਓ ਕਾਬ ਦੀ ਪਛਾਣ ਯਸੂ ਜੀ ਉੱਚਾ ਉੱਡਣਾਓ ਕਾਬ ਦੀ ਪਛਾਣ ਯਸੂ ਜੀ ਤਾਰੀਫ ਕਰਨੇ ਸੇ ਗੁਨਾਹ ਕੀ ਮੈਂ ਮਗਰ ਨੇ ਮੇ ਤਾਰੀਫ ਕਰਨੇ ਸੇ ਗੁਨਾਹ ਕੀ ਮੈਂ ਮਗਰ ਨੇ ਮੇ ਆਨੰਦ ਮਿਲਦਾ ਹੈ ਹਮੇ ਆਨੰਦ ਮਿਲਦਾ ਹੈ ਮੇਰੀ ਤੋ ਦੌਲਤ ਖੁਦਾ ਪਿਛਲੇ 20 ਸਾਲ ਮੈਂ ਇਸ ਵਾਰ ਪਹਿਲੀ ਵਾਰ ਠੰਡ ਲੱਗੀ ਕਿ ਹਾਂ ਠੰਡ ਹੈ ਵਾਕਈ ਕੌਣ ਕਹਿ ਰਿਹਾ ਤਾਂ ਗਲੋਬਲ ਵਾਰਮਿੰਗ ਹੈ ਇਹ ਤਾਂ ਉਲਟਾ ਹੋ ਰਿਹਾ ਹਾਲੇਲੂਇਆ ਆਪ ਬਲੈਸਿੰਗ ਕੇ ਲਈ ਤਿਆਰ ਹੋ ਕਿਉਂਕਿ ਜੋ ਆਇਲ ਆਪਕੋ ਮੈਨੇ ਦੀ ਹੈ ਖੁਦਾਵੰਦ ਨੇ ਉਸੇ ਛੂ ਲੀ ਹੈ ਔਰ ਆਪ ਉਸੇ ਹੀਲਿੰਗ ਔਰ ਡਿਲੀਵਰੈਂਸ ਦੋਨੋਂ ਕੋ ਦੇਖੋਗੇ ਆਮੀਨ ਊਂਚੇ ਵਾਲਾ ਚਾਹੀਏ ਚਰਚ एक बात जो लोगों को मालूम नहीं है इसलिए वचन का एक स्थान है वचन का एक टाइम है चर्च में क्योंकि वचन से आप परमेश्वर के हार्ट को जानते हो कि परमेश्वर के दिल में आपके लिए क्या है कई बार आप परमेश्वर से बोलते हो प्रभु मुझसे बात कर मुझसे बात कर मुझसे बात कर और आप बाइबल नहीं पढ़ते हो ना वचन सुनते हो ना ही किसी जीवित चर्च के मेंबर हो
तो वो आपसे बात कैसे कर सकता है? क्योंकि परमेश्वर जैसा लोगों को लगता है इमोशनल है, वैसा वो इमोशनल नहीं है। इमेजिन करो एक ही समय में कितने लाख लोग प्रभु से कह रहे होंगे, प्रभु मुझसे बात कर। और वो लाखों से बात कर सकता है, लेकिन जो चीज उसने बाइबल में ऑलरेडी लिख दी है उस विषय में वो बात क्यों करेगा? इसलिए मैं कहता हूं कि जो व्यक्ति भविष्यद्वक्ता की सेवा करना चाहता है और उसे वचन मालूम नहीं है, वो सेवा नहीं कर पा रहा है। मेंटरशिप मीटिंग मैंने एक बात अब पास्टर्स को कहा कि आप जानते हैं कि जीसस क्राइस्ट के जैसा कोई भी जन इस दुनिया में इस्तेमाल नहीं हुआ। क्या वजह? रोजे थे। कितने रोजे रखे यीशु मसीह ने? कितनी बार 40 रोजे रखे दिन रात के? एक बार लिखा है बाइबल में। मैं आपको ऐसे सेवक दिखाता हूं जिन्होंने 5 बार 6 बार दिन रात के 40 रोजे रखे, आज भी जिंदा हैं, पर प्रभु की तरह इस्तेमाल नहीं हो रहे। अगर आप कहें प्रेयर की, मैं आपको ऐसे अफ्रीका में सर्वेंट्स दिखाता हूं जो 12 घंटे प्रेयर की। चले घर ठंड बहुत ज्यादा है, पौंडे अपने बस्तर शस्त्र बस्तर तो खत्म। वीडियो लाइक चैनल सब्सक्राइब करो, नाल लाल बटन जरूर दबियो।